ਮੰਤਰੀ ਸਾਹਿਬ ਆਪਣੇ ਨਗਰ ਵਿੱਚ ਪਹੁੰਚ ਗਏ ਨੇ ਇੱਥੇ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚ ਕੇ ਹਰਜਿੰਦਰ ਸਿੰਘ ਦੇ ਘਰ ਉਹਨਾਂ ਦੇ ਸਵਾਗਤ ਵਾਸਤੇ ਸਾਰੇ ਜੋ ਉਹਨਾਂ ਦੇ ਵਿਚਾਰ ਨੇ ਆਪਾਂ ਸਰਵਣ ਕਰਨੇ ਨੇ ਤੋਂ ਬਾਅਦ ਜਿਹੜੇ ਵੀਰ ਖਲੋਤੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਣ ਕੇ ਬੇਨਤੀ ਹੈ ਜਦੋਂ ਮੰਤਰੀ ਸਾਹਿਬ ਨਾਲੋਂ ਬੇਨਤੀ ਕੀਤੀ ਸਾਰੇ ਸਰਦਾਰ ਸੱਜਣ ਸਿੰਘ ਜੀ ਰਾਜ ਸਰਕਾਰ ਜੀ ਉਹਨਾਂ ਦੇ ਸਦਕਾ ਇਹ ਅੱਜ ਅਕਾਲੀ ਦਲ ਦਾ ਲੰਮਾ ਸਮਾਂ ਇਹਨਾਂ ਨੇ ਪਹਿਲਾਂ ਡਾਕਟਰ ਰੇਕਾ ਜਿਹੜੇ ਇੱਥੋਂ ਕਾਂਗਰਸ ਦੇ ਐਮ ਐਲ ਏ ਸਨ ਜਾਂ ਉਹ ਤੋਂ ਬਾਅਦ ਕਾਂਗਰਸ ਪਾਰਟੀ ਦਾ ਇੱਥੇ ਝੰਡਾ ਬੁਲੰਦ ਰੱਖਦੇ ਸਨ ਜਦੋਂ ਪੋਲਿੰਗ ਏਜੰਟ ਦੀ ਬਣਦੀ ਵਾਰੀ ਆਉਂਦੀ ਸੀ ਉਦੋਂ ਵੀ ਇਹ ਗਾਹ ਉੱਠਣਾ ਪਿੰਡ ਪਿੰਡਾਂ ਦਾ ਵੇਰ ਕੇ ਹਲਕੇ ਨਾਲ ਜੁੜਿਆ ਸੀ ਕਹਿੰਦਾ ਮੈਂ ਆਪ ਅੱਜ ਮੈਂ ਮਨ ਬਣਾਇਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਰਹਿੰਦੀ ਪੀੜ੍ਹੀ ਜਿਹੜੀ ਜਿੰਨੀ ਮੇਰੀ ਸਵਾਸ ਹੈ ਜਾਂ ਮੇਰੇ ਬੱਚੇ ਆ ਮੈਂ ਤਾਂ ਇਹੀ ਆਸ ਕਰੂੰਗਾ ਮੈਨੂੰ ਕਹਿੰਦੇ ਕਿ ਉਹ ਚਲੋ ਜੀ ਖਲੋ ਜਾਓ ਜੀ ਨਾਲ ਮਾੜਾ ਮਨ ਪਿਛੇ ਚਲੋ ਠੀਕ ਹੈ ਵਧੀਆ ਵੇਖਿਓ ਜੀ ਤੁਸੀਂ ਦੇਖਣ ਨਹੀਂ ਦਿੰਦੇ ਅੱਜ ਜਿਹੜੇ ਕਾਂਗਰਸ ਪਾਰਟੀ ਨਾਲ ਪਿਛਲੇ ਲੰਮੇ ਅਰਸੇ ਤੋਂ ਪਿੰਡ ਡੱਡੀਆਂ 'ਚ ਉਹਨਾਂ ਦੇ ਪੋਲਿੰਗ ਏਜੰਟ ਉਹਨਾਂ ਦੇ ਇਲੈਕਸ਼ਨ ਦੇ ਏਜੰਟ ਉਹਨਾਂ ਦੇ ਵਾਸਤੇ ਜਿਹੜਾ ਇੱਥੇ ਝੰਡਾ ਚੁੱਕਦੇ ਸਨ ਅੱਜ ਉਹਨਾਂ ਨੇ ਸਾਰੇ ਕਾਂਗਰਸ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਲੋਕਾਂ ਦੇ ਐਂਟੀ ਜੋ ਉਹਨਾਂ ਦੇ ਫੈਸਲੇ ਆ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਕਾਂਗਰਸ ਨੂੰ ਅਲਵਿਦਾ ਕੀਤਾ ਪਿੰਡ ਦੀ ਡਿਵੈਲਪਮੈਂਟ ਗਰੀਬਾਂ ਵਾਸਤੇ ਜੋ ਵੈਲਫੇਅਰ ਦੀਆਂ ਸਕੀਮਾਂ ਸਰਦਾਰ ਬਾਦਲ ਨੇ ਚਲਾਈਆਂ ਨੇ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਮੈਂ ਉਹਨਾਂ ਦਾ ਠੇਕੇਦਾਰ ਸਾਹਿਬ ਦਾ ਅਤੇ ਉਹਨਾਂ ਦੇ ਸਾਰੇ ਸਾਥੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਨੂੰ ਵਧਾਈ ਦਿੰਦਾ ਉਹ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਲਾਰੇ ਲਾਉਂਦੇ ਆ ਅਤੇ ਦੂਜੇ ਪਾਸੇ ਜਦ ਪੰਜਾਬ ਦੇ ਭਲੇ ਲਈ ਕੋਈ ਫੈਸਲਾ ਹੋ ਰਿਹਾ ਇੱਕ ਆਪੋਜੀਸ਼ਨ ਦਾ ਕੰਮ ਹੈ ਕੰਸਟਰਕਟਿਵ ਆਪੋਜੀਸ਼ਨ ਕਿ ਜਿੱਥੇ ਪੰਜਾਬ ਦਾ ਭਲਾ ਉੱਥੇ ਤੁਸੀਂ ਸਿਆਸਤ ਨਾ ਕਰੋ ਉੱਥੇ ਇਕੱਠੇ ਹੋ ਕੇ ਗੱਲ ਕਰੋ ਜੇ ਮੁਲਾਜ਼ਮ ਕੋਈ ਪੱਕੇ ਹੋ ਰਹੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕੀ ਨੁਕਸਾਨ ਹੈ ਅੱਜ ਮੁਲਾਜ਼ਮਾਂ ਦੇ ਉਲਟ ਖਲੋ ਗਏ ਪਹਿਲਾਂ ਐਸ ਵਾਈ ਐਲ ਦੇ ਮੁੱਦੇ 'ਤੇ ਉਹਨਾਂ ਦੇ ਖਿਲਾਫ਼ ਪਹਿਲਾਂ ਧਰਨਾ ਉੱਥੇ ਜਾ ਕੇ ਕਈ ਇੰਦਰਾ ਗਾਂਧੀ ਨੂੰ ਸੱਦ ਕੇ ਉੱਥੇ ਆਪ ਐਸ ਵਾਈ ਐਲ ਪਟਾਈ ਨਹਿਰ ਪਟਾਉਣੀ ਸ਼ੁਰੂ ਕੀਤੀ ਅੱਜ ਡਰਾਮਾ ਕਰਕੇ ਇਸ ਲਈ ਉਹਨਾਂ ਦੀ ਰਾਜਨੀਤਿਕ ਜੀਵਨ ਹੀ ਡਰਾਮੇ ਭਰਿਆ ਭਰਿਆ ਕਦੇ ਡਰਾਮਾ ਕਰਕੇ ਆਪਦੇ ਪਰਸਨਲ ਫਾਇਦੇ ਲਈ ਇੱਧਰ ਕਦੇ ਉੱਧਰ ਮਗਰ ਬਾਦਲ ਸਾਹਿਬ ਦਾ ਐਸ ਵਾਈ ਐਲ 'ਤੇ ਜੋ 1982 'ਚ ਸਟੈਂਡ ਸੀ ਅੱਜ ਵੀ ਉਹ ਸਟੈਂਡ ਹੈ ਅੱਜ ਜ਼ਮੀਨ ਜਿਹਦੇ ਖਿਲਾਫ਼ ਉਹ ਲੜੇ ਸਨ ਉਹ ਜ਼ਮੀਨਾਂ ਵਾਪਸ ਕਰਤੀਆਂ
ਐਂਡ ਜੋ ਸਾਡਾ ਕਮਿਟਮੈਂਟ ਸੀ ਲੋਕਾਂ ਨੂੰ ਜੋ ਵਾਅਦੇ ਕੀਤੇ ਸਨ ਅੱਜ ਤੁਸੀਂ ਤੁਹਾਡੇ ਸਾਹਮਣੇ ਆ ਉਹ ਪੂਰੇ ਹੁੰਦੇ ਜਾਂਦੇ ਇਹੀ ਪਿੰਡ 50-50 ਸਾਲ ਕਾਂਗਰਸ ਦਾ ਰਾਜ ਰਿਹਾ ਉਦੋਂ ਕਿਉਂ ਨਹੀਂ ਇੱਥੇ ਬਾਜ਼ਾਰ ਪੱਕੇ ਹੋਏ ਉਦੋਂ ਕਿਉਂ ਨਹੀਂ ਡੇਰਿਆਂ ਦੇ ਰਸਤੇ ਪੱਕੇ ਉਦੋਂ 24 ਘੰਟੇ ਬੱਤੀ ਕਿਉਂ ਨਹੀਂ ਆਈ ਕਿਉਂਕਿ ਲੋਕਾਂ ਪ੍ਰਤੀ ਕਮਿਟਮੈਂਟ ਹੀ ਨਹੀਂ ਸੀ ਇਮਾਨਦਾਰੀ ਨਹੀਂ ਸੀ ਸਰ 2013 ਦੇ ਵਿੱਚ ਕੇਜਰੀਵਾਲ ਨੇ ਝੂਠੇ ਅੰਕੜਿਆਂ ਦਾ ਹਲਫਨਾਮਾ ਦਾਇਰ ਕੀਤਾ ਸੀ ਉਹ ਕੋਈ ਬੰਦੇ ਦੀ ਗੱਲ ਕਰ ਲਓ ਨਾ ਤਿੰਨਾਂ 'ਚ ਨਾ 13 'ਚ ਨਾ ਟੋਕਰੀਆਂ 'ਚ ਨਾ ਬੇਰਾਂ 'ਚ ਨਾ ਪਲੇਅਰਾਂ 'ਚ ਨਾ ਸਪੇਰਾਂ 'ਚ ਕਿਹੜੇ ਕੋਈ ਚੂਹੇ ਜੇ ਦਾ ਨਾਂ ਲੈ ਦਿੰਦੇ ਸਵੇਰੇ ਸਵੇਰੇ